ਅੱਜ ਲੱਗਿਆ ਕੈਪਟਨ ਦੇ ਮਹਿਲ ਅੱਗੇ ਬਹੁਤ ਵੱਡਾ ਧਰਨਾ। ਧਰਨਾ ਲੱਗਣ ਦੇ ਮੁੱਖ ਕੀ ਕਾਰਨ ਸਨ, ਆਓ ਜੀ ਸੁਣਦੇ ਹਾਂ ਪਬਲਿਕ ਦੀ ਜ਼ੁਬਾਨੀ। ਸਤਿ ਸ਼੍ਰੀ ਅਕਾਲ ਜੀ, ਮੈਂ ਪੂਨਮ T84 ਨਿਊਜ਼ ਚੈਨਲ ਤੋਂ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਸਾਰੀ ਏਜੰਸੀ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਅਤੇ ਧਰਨਾ ਲਾਇਆ ਗਿਆ ਹੈ। ਉਹਨਾਂ 2-3 ਮਹੀਨੇ ਤੋਂ ਇਹਨਾਂ ਨੂੰ ਵਰਕਰਾਂ ਨੂੰ ਸੈਲਰੀ ਨਹੀਂ ਦਿੱਤੀ ਜਾ ਰਹੀ ਹੈਗੀ। ਇਹਨਾਂ ਨੇ ਬਹੁਤ ਜਗ੍ਹਾ ਆਪਣਾ ਅਪੀਲ ਵੀ ਕੀਤੀ ਹੈ, ਬਟ ਕਿਤੇ ਵੀ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਕੋਈ ਸਾਹਿਬ ਜੀ ਕੋਲ ਆ ਰਹੇ, ਇਹਨਾਂ ਨੇ 3 ਵਜੇ ਦਾ ਟਾਈਮ ਦਿੱਤਾ ਆ, ਦੇਖਦੇ ਜੀ ਅੱਗੇ ਕੀ ਇਹਨਾਂ ਨਾਲ ਫੈਸਲਾ ਕੀਤਾ ਜਾਂਦਾ। ਜੀ ਜਿਹੜਾ ਤੁਸੀਂ ਇਹ ਧਰਨਾ ਲਾਇਆ ਹੈਗਾ, ਸਾਰੇ ਇਕੱਠ ਹੋਏ, ਕਿਸ ਕਾਰਨ ਕਰਕੇ ਹੋਇਆ ਅੱਜ ਇਹ? ਇਸ ਘਬਰਾਹਟ ਕਰਕੇ ਤੁਸੀਂ ਕਹਿ ਸਾਰਾ ਨਹੀਂ ਕੀਤਾ ਜੀ। ਕੀ ਕਾਰਨ ਕੀ ਹੈ? ਸਾਡੇ ਬੰਦੇ ਕੰਮ ਤੋਂ ਹਟਾਏ ਪਏ ਆ ਜੀ। ਕਿੰਨੇ ਬੰਦੇ ਸੀ ਤੁਹਾਡੇ? 11 ਬੰਦੇ ਆ ਜੀ। ਕਿੰਨਾ ਟਾਈਮ ਹੋ ਗਿਆ ਹਟਾਏ ਨੂੰ? 4 ਮਹੀਨੇ ਹੋ ਗਏ ਜੀ, ਵਿਹਲੇ ਬੈਠੇ ਆ। ਤੇ ਤੁਸੀਂ ਦੁਬਾਰਾ ਜਾ ਕੇ ਉਸੇ ਕੋਸ਼ਿਸ਼ ਨਹੀਂ ਕੀਤੀ ਹੈਗੀ? ਕੋਸ਼ਿਸ਼ ਕੀਤੀ, 4 ਮਹੀਨੇ ਹੋ ਗਏ ਸਾਨੂੰ ਧਰਨਾ ਦਿੰਦਿਆਂ ਨੂੰ। ਡੀਸੀ ਕੋਲ ਵੀ ਗਏ ਆ, ਉਸਤੇ ਵੀ ਜਾ ਕੇ ਗਏ ਆ ਜੀ, ਲੇਬਰ ਕਮਿਸ਼ਨ ਕੋਲ ਵੀ। ਅੱਗੇ ਤੱਕ ਸਾਨੂੰ ਕਹਿ ਦਿੰਦੇ ਜੀ ਕਰਾਂਗੇ ਹੱਲ, ਕਰ ਕੋਈ ਕਰਦੀ ਨਹੀਂ ਹੈਗੇ। ਕਾਰਨ ਕੀ ਹੈ ਇਹ? ਕਾਰਨ ਕੀ ਹੈ ਜੀ, ਇਹਨਾਂ ਨੇ ਆਪਣਾ ਮਿਨੀ ਫੇਸ ਮੰਗਿਆ ਸੀ ਵੀ ਜੋ ਸਾਨੂੰ ਅੱਗੇ ਜੋ ਤਨਖਾਹ ਬਣਦੀ ਹੈ ਸਾਨੂੰ ਉਹ ਤਨਖਾਹ ਮਿਲਣੀ ਚਾਹੀਏ। ਦੱਸਿਆ ਕਰਾਈ ਸਾਡੀ, ਚਲੋ ਤਨਖਾਹ ਮਿਲਣੀ ਚਾਹੀਏ ਜਿਵੇਂ ਹੋਰ ਏਜੰਸੀ ਵਾਲੇ ਦੇ ਰਹੇ। ਇਹਦੇ ਪਿੱਛੇ ਹੀ ਕਹਿਣ ਦੇ, ਉਹਨਾਂ ਨੂੰ 11 ਬੰਦੇ ਦੀ ਛੁੱਟੀ ਕਰ ਦੀ, ਕਹਿੰਦੇ ਜੀ ਕੰਮ ਤੇ ਆਉਣੇ ਕੀ ਲੋੜ ਹੈ। ਹੁਣ ਤੁਸੀਂ 4 ਮਹੀਨੇ ਤੋਂ ਧਰਨੇ ਲਾ ਰਹੇ ਹੋ? ਹਾਂਜੀ, 4 ਮਹੀਨੇ ਹੋ ਗਏ ਸਾਡੇ ਬੱਚਿਆਂ ਨੂੰ ਲੈ ਕੇ, ਫਿਰ ਨਾਸੀ ਫਿਰ ਰਹੇ ਹਾਂ ਜੀ ਸੜਕਾਂ 'ਤੇ। ਮਤਲਬ ਕਿਤੇ ਵੀ ਪ੍ਰਸ਼ਾਸਨ ਨੇ ਤੁਹਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ? ਸਾਡੀ ਕੋਈ ਸੁਣਵਾਈ ਨਹੀਂ ਹੋਈ, ਹਾਰ ਕੇ ਉਰੇ ਆਏ ਹਾਂ ਜੀ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਾਡਾ ਬਹੁਤ ਬੁਰਾ ਹਾਲ ਆ। ਸਾਡੇ ਬੱਚੇ 4 ਮਹੀਨੇ ਹੋ ਗਏ, ਫੀਸਾਂ ਨਹੀਂ ਅਸੀਂ ਭਰ ਸਕਦੇ ਹੈਗੇ, ਪੇਪਰ ਆਏ ਪਏ ਆ ਸਿਰ 'ਤੇ, ਬੱਚਿਆਂ ਦੀ ਪੇਪਰ ਨਹੀਂ ਲੈਂਦੇ ਹੈਗੇ, ਕਹਿੰਦੇ ਫੀਸਾਂ ਭਰੋ, ਅਸੀਂ ਫਿਰ ਪੇਪਰ ਲਵਾਂਗੇ। ਸਾਡੇ ਬੱਚੇ ਘਰ ਬੈਠੇ ਆ ਮੀਂਹ ਦੇ ਵਿੱਚ, ਦੇਖੋ ਇੰਨਾ ਮੀਂਹ ਪੈਂਦਾ ਫਿਰ ਵੀ ਸਿਲੰਡਰ ਲਾਉਂਦੇ ਆ, ਇੰਨਾ ਬੁਰਾ ਹਾਲ ਆ, ਕੋਈ ਸੁਣਵਾਈ ਨਹੀਂ ਹੈਗੀ ਸਾਡੀ। ਹਾਂਜੀ, ਜਿਹੜਾ ਤੁਹਾਨੂੰ ਧਰਨਾ ਲਾਇਆ, ਕਿਹੜੇ ਕਾਰਨਾਂ ਕਰਕੇ ਲਾਇਆ, ਕੀ ਕਾਰਨ ਹੈ? ਸਾਡੇ ਦਰਅਸਲ ਗੁਰਪ੍ਰੀਤ ਬਰਾੜ ਸਰਹੰਦ ਰੋਡ 'ਤੇ ਏਜੰਸੀ ਸੀ, ਗੁਰੂ ਬਰਾੜ ਗੈਸ ਜੀ। ਉੱਥੋਂ ਸਾਡੇ 10-11 ਵਰਕਰ ਤਕਰੀਬਨ ਉਹਨੇ ਕੱਢੇ ਹੋਏ ਆ ਲਗਾਤਾਰ, ਉਹਨੇ ਬਿਨਾਂ ਨੋਟਿਸ ਦਿੱਤੇ ਕਰਤੇ। ਅਸੀਂ ਉਸਦੇ ਖਿਲਾਫ਼ ਸਾਨੂੰ 3 ਮਹੀਨੇ ਹੋ ਗਏ, ਨਾ ਤਾਂ ਉਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਜੀ, ਦਫ਼ਤਰ ਦੇ ਬਾਹਰ ਉਹਨਾਂ ਨੂੰ ਬਿਠਾਇਆ ਜਾ ਰਿਹਾ, ਉਹਨਾਂ ਦੀ ਹਾਜ਼ਰੀ ਲਾ ਕੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ, ਕੰਮ ਤੋਂ ਬਾਹਰ ਨਹੀਂ। ਆਹ ਪਿਛਲੇ 7-8 ਮਹੀਨੇ ਦੀ ਉਹਨਾਂ ਨੂੰ ਬਿਨਾਂ ਨੋਟਿਸ ਦਿੱਤੇ ਬਰਾੜ ਨੇ ਕਹਿਤਾ ਵੀ ਤੁਸੀਂ ਘਰੇ ਜਾਓ, ਡਿਸਮਿਸ ਹੋ ਜਾਓ। ਨਹੀਂ ਜੀ, ਇਹ ਹਾਜ਼ਰੀ ਲਗਾ ਰਹੇ ਨੇ ਤਾਂ ਫਿਰ ਸੈਲਰੀ 'ਤੇ ਕੰਮ ਕਿਉਂ ਨਹੀਂ ਦੇ ਰਹੇ ਉਹਨਾਂ ਨੂੰ? ਇਹ ਪਤਾ ਨਹੀਂ ਜੀ ਕੀ ਆ, ਉਹਨਾਂ ਦੇ ਧੱਕਾ ਕਰ ਰਿਹਾ ਸਾਡੇ ਵਰਕਰਾਂ ਨਾਲ ਜੀ। ਉਹ ਵਰਕਰਾਂ ਨੂੰ ਕਹਿੰਦੇ ਮੈਂ ਕੰਮ ਨਹੀਂ ਦੇਣਾ, ਤੁਸੀਂ ਜੋ ਤੁਹਾਡੇ ਤੋਂ ਹੁੰਦਾ ਉਹ ਕਰ ਦਿਓ। ਅਸੀਂ ਉਹਦੇ ਮੱਦੇਨਜ਼ਰ DC ਸਾਹਿਬ ਨੂੰ 2 ਵਾਰ ਅਸੀਂ ਮੰਗ ਪੱਤਰ ਦੇ ਹਾਂ ਜੀ। ਮਹਾਰਾਣੀ ਸਾਹਿਬ ਨੂੰ ਵੀ ਮੇਰੇ ਖਿਆਲ ਨਾਲ ਅਸੀਂ ਪਿਛਲੇ ਮਹੀਨੇ ਦਿੱਤਾ ਸੀਗਾ ਮੰਗ ਪੱਤਰ, ਵੀ ਇਹਨਾਂ ਨੇ ਵੀ ਸਾਨੂੰ ਭਰੋਸਾ ਦਵਾਇਆ ਸੀ ਕੰਮ ਦਾ ਹੱਲ ਕਰਾਂਗੇ, ਪਰ ਨਾ ਜੀ ਉਹ ਨਹੀਂ ਹੋਇਆ। DC ਸਾਹਿਬ ਕੋਲ ਅਸੀਂ ਪਰਸੋਂ ਉੱਤੇ ਗਏ ਸੀਗੇ ਜੀ, ਉਹਨਾਂ ਨੇ ਅਸਿਸਟੈਂਟ ਲੇਬਰ ਕਮਿਸ਼ਨਰ ਨੂੰ ਕਿਹਾ ਸੀ ਵੀ ਆ ਕਰ, ਪਰ ਸੁਣਵਾਈ ਕੋਈ ਨਹੀਂ। 3 ਮਹੀਨੇ ਤੋਂ ਸਾਡੀ ਕੋਈ ਸੁਣਵਾਈ ਨਹੀਂ, 3 ਮਹੀਨੇ ਦੀ ਤਨਖਾਹ ਰੋਕੀ ਬੈਠੇ ਬਰਾੜ ਸਾਹਿਬ। ਇੰਨੇ ਕਾਰਨ ਕੀ ਸੀ ਜਿਹੜਾ ਤੁਹਾਡੇ ਬੰਦਿਆਂ ਨੂੰ ਇਹਨਾਂ ਨੇ ਕੱਢਿਆ? ਸਾਡੇ ਜਿਹੜੇ ਵਰਕਰ ਆ ਜੀ, ਇਹਨਾਂ ਨੇ ਜੋ ਸਾਡਾ ਮਿਨੀਮਮ ਵੇਜ ਜੋ DC ਰੇਟ ਆ ਸਾਡਾ ਉਹ ਮੰਗਦੇ ਹਾਂ ਅਸੀਂ। ਕਿੰਨਾ ਮਿਲਦਾ ਤੁਹਾਨੂੰ DC ਰੇਟ? DC ਰੇਟ ਮੇਰੇ ਖਿਆਲ ਤਕਰੀਬਨ 9560 ਦੇ ਕਰੀਬ ਅੱਜ ਦਾ ਰੇਟ ਆ ਜਿਹੜਾ ਜੀ। ਹੁਣ ਤੁਹਾਨੂੰ ਕਿੰਨੀ ਮਿਲਦੀ ਹੈ? ਸਾਨੂੰ ਬਰਾੜ ਸਾਹਿਬ ਨੇ ਇਸ ਮਹੀਨੇ ਚੈੱਕ ਦਿੱਤੇ ਜੀ 4850 ਰੁਪਏ ਦੇ। ਉਹ ਦੱਸੋ ਕਿਹੜੇ ਕਾਨੂੰਨ 'ਚ, ਸਾਨੂੰ ਆਪ ਨਹੀਂ ਪਤਾ ਕਿਹੜੇ ਹਿਸਾਬ ਨਾਲ ਤਨਖਾਹ ਦਿੱਤੀ ਉਹਨੇ। 1 ਮਹੀਨੇ ਦਿੱਤੀ, ਹਲੇ 2-3 ਮਹੀਨੇ ਦੀ ਵੀ ਤਨਖਾਹ ਰਹਿੰਦੀ ਹੈ ਸਾਡੀ। ਤੁਹਾਨੂੰ ਸੈਲਰੀ ਤੁਹਾਡੀ ਪੂਰੀ ਨਹੀਂ ਦਿੱਤੀ ਜਾ ਰਹੀ? ਜੋ ਸਾਡਾ ਮਿਨੀਮਮ ਵੇਜ ਜੋ ਸਾਡਾ ਬਣਦਾ, ਸਾਨੂੰ ਅਸੀਂ ਆਪਣੇ ਹੱਕ ਮੰਗ ਰਹੇ, ਉਸ ਤੋਂ ਇਲਾਵਾ ਕੁਛ ਨਹੀਂ ਮੰਗ ਰਹੀ। ਵਰਕਰਾਂ ਦੇ ਜੋ ESI ਕਾਰਡ ਵਗੈਰਾ ਉਹ ਬਣਾਏ ਜਾਣ, ਤਾਂ ਕਿ ਵਰਕਰ ਜੋ ਆਪਣੀ ਦਵਾਈ ਬੂਟੀ ਕੋਈ ਗਰੀਬ ਵਿਚਾਰਾ ਮਜ਼ਦੂਰ ਕੋਈ ਕਰਾ ਸਕੇ, ਇਹ ESI ਕਾਰਡ ਵੀ ਜ਼ਰੂਰੀ ਬਣਨੇ ਚਾਹੀਦੇ ਸਾਡੇ ਜੀ। ਹਾਂਜੀ, ਅਸੀਂ ਕੋਈ ਨਜਾਇਜ਼ ਮੰਗ ਨਹੀਂ ਰੱਖਦੇ। ਅੱਜ ਵੀ ਸਾਨੂੰ ਮਹਾਰਾਣੀ ਸਾਹਿਬ ਨੇ ਅਸੀਂ ਇੱਥੇ CM ਸਾਹਿਬ ਦੇ ਦਫ਼ਤਰ ਜੇ ਕੇ ਬਾਹਰ ਗਏ ਮਹਿਲ 'ਚ, ਅਸੀਂ
100-200 ਦੇ ਕਰੀਬ ਬੰਦੇ ਨੇ ਆ ਕੇ ਇੱਥੇ ਧਰਨਾ ਲਾਇਆ ਹੈ। ਸਾਡੀ ਅੱਜ ਵੀ ਇਹੀ ਮੰਗ ਆ, ਜੇ ਸਾਡਾ ਮਸਲਾ ਹੱਲ ਹੁੰਦਾ ਸਾਨੂੰ ਲੋੜ ਨਹੀਂ ਅੱਗੇ ਪ੍ਰੋਟੈਸਟ ਕਰਨ ਦੀ। ਇਹਨਾਂ ਨੇ ਸਾਨੂੰ 3 ਵਜੇ ਦਾ ਟਾਈਮ ਦਿੱਤਾ ਜੀ, ਅੱਜ ਮਹਾਰਾਣੀ ਸਾਹਿਬ ਨੇ ਵੀ 3 ਵਜੇ ਤੁਹਾਡਾ ਮਸਲਾ ਹੱਲ ਕਰਾਵਾਂਗੇ। ਬਾਕੀ ਅਸੀਂ ਬੈਠੇ ਹਾਂ ਜੀ, 3 ਵਜੇ ਦੇਖਦੇ ਹਾਂ ਕੀ ਬਣਦਾ, ਜੇ ਨਹੀਂ ਹੋਇਆ ਤਾਂ ਇਸ ਤੋਂ ਅੱਗੇ ਅਸੀਂ ਵੱਧ ਚੜ੍ਹ ਕੇ ਹੋਰ ਆਪਣਾ ਇਸ ਸੰਘਰਸ਼ ਨੂੰ ਅੱਗੇ ਤੇਜ਼ ਕਰਾਂਗੇ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਮੈਂ ਬਰਾਡਕਾਸਟ ਲੱਗੇ ਹਾਂ ਜੀ, ਬਰਾਡਕਾਸਟ ਦਾ ਵਰਕਰ ਹਾਂ ਜੀ। 2000 'ਚ ਲੱਗਿਆ ਜੀ ਮੈਂ, 18 ਹੋ ਗਏ ਜੀ ਮੈਨੂੰ ਕੰਮ ਕਰਦੇ। ਹੋਰ ਜਿਹੜੇ ਮੇਰੇ ਸਾਥੀ ਆ ਕੋਈ 10 ਤੋਂ ਕੋਈ 15 ਤੋਂ ਕੰਮ ਕਰ ਰਹੇ ਜੀ, ਤੋਂ ਅਸੀਂ ਸ੍ਰੀ ਬਰਾੜ ਸਾਹਿਬ ਤੋਂ ਮੰਗੀ ਇਹੀ ਮੰਗੀ ਆ ਵੀ ਸਾਡਾ ਹੁਣ ਮਤਲਬ ਵੀ ਤੇਲ ਖਰਚਾ ਪੂਰਾ ਨਹੀਂ ਹੁੰਦਾ ਜੀ, ਟੈਂਪੂ ਆਪਣਾ ਗੱਡੀ ਸਾਡੀ ਆਪਦੀ ਤੁਹਾਨੂੰ 10 ਰੁਪਏ 12 ਰੁਪਏ ਤੁਸੀਂ ਦੇ ਰਹੇ ਹੋ, ਵੀ ਇਸ ਕੇਂਦਰ ਸਾਡਾ ਪੂਰਾ ਨਹੀਂ ਪੜਦਾ, 5 ਰੁਪਏ ਮਤਲਬ ਸਾਨੂੰ ਪੱਲੇ ਵੀ ਨਹੀਂ ਪੈਂਦਾ। ਅਸੀਂ ਕਿਹਾ ਵੀ ਸਾਨੂੰ ਮਿੰਨੀ ਵੇਜ ਦਿਓ ਜੀ, ਉਹਨਾਂ ਨੇ ਕਹਿੰਦਾ ਕਹਿੰਦਾ ਕੋਈ ਨਹੀਂ ਗੱਲ ਕਰਦੇ ਹਾਂ। 6-2.5 ਸਾਲ 'ਚ ਉਹਨਾਂ ਨੇ ਐਵੇਂ ਕੱਢਤੇ ਜੀ। ਅਸੀਂ ਲੇਬਰ ਕਮਿਸ਼ਨ 'ਤੇ ਵੀ ਗਏ ਹਾਂ ਜੀ, ਲੇਬਰ ਕਮਿਸ਼ਨ ਨੇ ਵੀ ਹਾਂ ਜੀ ਬਰਾੜ ਨਹੀਂ ਆਉਂਦਾ ਜੀ, ਇਹ ਨਹੀਂ ਆਉਂਦਾ ਜੀ, 2.5 ਸਾਲ ਉਸਨੇ ਐਵੇਂ ਕੱਢਤੇ ਜੀ। ਕਿੰਨੇ ਵਰਕਰ ਨੇ ਟੋਟਲ? ਕਿੰਨੇ 11 ਵਰਕਰ ਹੈ ਜੀ, 11 ਵਰਕਰ 4 ਮਹੀਨੇ ਤੋਂ ਬੇਕਰ ਹੋਏ ਪਏ ਹੈ ਜੀ, ਕੋਈ ਕੰਮ ਨਹੀਂ ਮਿਲਿਆ ਜੀ, ਨਾ ਕੋਈ ਕਿਰਿਆ, ਨਾ ਨੋਟਿਸ ਦਿਆ ਜੀ, ਲੈਣਾ ਦੇਣਾ ਜੀ। 8-8 ਮਹੀਨੇ ਦੀ ਤਨਖਾਹ ਰੁਕੀ ਪਈ ਹੈ ਜੀ, ਜਨਵਰੀ ਤੋਂ ਲੈ ਕੇ ਹੁਣ ਦੇਖ ਲਓ ਜੀ 9ਵਾਂ ਮਹੀਨਾ ਹੋ ਗਿਆ, 9ਵੇਂ ਮਹੀਨੇ ਤੱਕ ਤਨਖਾਹ ਰੁਕੀ ਪਈ ਹੈ ਜੀ, ਕਿਸੇ ਕੀ 6 ਮਹੀਨੇ ਦੀ, ਕਿਸੇ ਦੀ 8 ਮਹੀਨੇ ਦੀ, ਮਤਲਬ ਐਂ ਰੁਕੀ ਹੋਈ ਹੈ ਜੀ। 11 ਮਹੀਨੇ ਜਿਹੜੀ ਪਹਿਲਾਂ ਸੈਲਰੀ ਮਿਲਦੀ ਸੀ ਉਹ ਟਾਈਮ ਸਿਰ ਮਿਲਦੀ ਸੀ ਤੁਹਾਨੂੰ? ਹਾਂ ਟਾਈਮ ਸਿਰ ਮਿਲਦੀ, ਉਹ ਮਿਲ ਜਾਂਦੀ ਟਾਈਮ ਦੇ, ਪਰ ਹੁਣ 8 ਮਹੀਨੇ ਤੋਂ ਕੋਈ ਮਤਲਬ ਟਾਈਮ ਸਿਰ ਨਹੀਂ ਮਿਲਦੀ। ਮਤਲਬ ਇੱਕ ਦਾਦਾਗਿਰੀ ਸਰਿਆਮ ਕਰ ਰਿਹਾ ਜੀ, ਸਰਿਆਮ ਕਹਿੰਦਾ ਜੋ ਤੁਹਾਡੇ ਤੋਂ ਹੁੰਦਾ ਕਰ ਲਓ ਕਹਿੰਦਾ। ਅਸੀਂ DC ਕੋਲ ਵੀ ਗਏ, ਲੇਬਰ ਕਮਿਸ਼ਨਰ ਤੋਂ ਗਏ ਵੀ, ਫੂਡ ਇੰਸਪੈਕਟਰ ਕੋਲ ਵੀ ਗਏ, ਲੀਡਰਾਂ ਕੋਲ ਵੀ ਗਏ, ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ। ਅਸੀਂ ਹਾਰ ਕੇ ਰੋਣਾ ਅੱਜ ਰਾਣੀ ਮਹਿਲ ਕੇ ਪਰ ਆਏ ਹਾਂ, ਸਾਡੀ ਰਿਕੁਐਸਟ ਹੈ ਵੀ ਸਾਡੀ ਮਤਲਬ ਹੈਲਪ ਕੀਤੀ ਜਾਵੇ। ਪੱਤਰ ਮੁੱਲ